ਸੋ ਵੈਲਕਮ ਬੈਕ ਗਾਇਸ, ਕੀ ਹਾਲ ਚਾਲ? ਸਭ ਤੋਂ ਪਹਿਲੇ ਸਾਰੇ ਵਧੀਆ ਹੋਵੋਗੇ। ਜਿਵੇਂ ਕਿ ਤੁਸੀਂ ਸਾਰੇ ਦੇਖਦੇ ਹੋ ਕਿ ਐਲਬਮਾਂ ਦਾ ਜ਼ਮਾਨਾ ਚੱਲ ਰਿਹਾ 2021 ਤੋਂ ਲੈ ਕੇ, ਅਤੇ 22 ਆ ਗਿਆ ਹੈ। 22 ਤੋਂ 3 ਮਹੀਨੇ ਲੰਘ ਗਏ ਅਤੇ ਐਲਬਮਸ ਲਗਾਤਾਰ ਆਉਂਦੀਆਂ ਰਹਿ ਰਹੀਆਂ ਨੇ। EP ਬਹੁਤ ਆਰਟਿਸਟ ਕੱਢ ਰਹੇ ਨੇ, ਠੀਕ ਆ। EP ਜਿਵੇਂ 4-5 ਗਾਣੇ ਦੇ ਆਪਾਂ ਕੱਢ ਦਿੰਦੇ ਹਾਂ ਐਕਸਟੈਂਡਡ ਪਲੇਲਿਸਟ ਕਰਕੇ, ਉਹਨਾਂ 'ਚੋਂ ਕਈ ਆਰਟਿਸਟ ਨਵੇਂ ਨੇ, ਠੀਕ ਆ। ਜਿਵੇਂ ਆਪਣਾ ਬਾਈ ਹੈਰੀ ਵਡਾ 'ਚ ਬਾਈ ਆ, ਠੀਕ ਆ। ਅਤੇ ਬਾਈ ਦੀ ਐਲਬਮ ਬਹੁਤ ਸੋਹਣੀ ਆਈ ਆ, ਉਹਦੇ 'ਚ ਇੱਕ ਗਾਣਾ ਚਿੱਟੀ ਚੁੰਨੀ, ਅਤੇ ਮੈਂ ਤੁਹਾਨੂੰ ਸੁਣਾਉਣ ਲੱਗਿਆ। ਗਾਣਾ ਬਹੁਤ ਸੋਹਣਾ ਹੈ, ਬਹੁਤ ਘੈਂਟ ਕੰਸੈਪਟ ਆ, ਅਤੇ ਉਮੀਦ ਹੈ ਤੁਹਾਨੂੰ ਸਭ ਨੂੰ ਪਸੰਦ ਆਊਗਾ, ਖਾਸ ਕਰਕੇ ਟੁੱਟੇ ਦਿਲਾਂ ਵਾਲਿਆਂ। ਆ ਜਾਓ ਸੁਣੀਏ ਚਿੱਟੀ ਚੁੰਨੀ। ਸੁਰ ਵਿੱਚ ਧੋਖੇ ਨੂੰ ਲਕੋਈ ਫਿਰਦੀ, ਜਾਨ ਮੇਰੀ ਬਣ ਗਈ ਆ ਜਾਨ ਹੋਰ ਦੀ, ਹੋਰ ਦੇ ਨਸ਼ੇ ਚ ਨਸ਼ੇ ਆਈ ਫਿਰਦੀ, ਬੋਲਦੇ ਗਹਿਰਾਂ ਦੀ ਬੋਲੀ ਪਾਏ ਕੰਗਣੇ। ਵੋਕਲਸ ਦੇਖੋ ਤੁਸੀਂ, ਕਿੰਨੀਆਂ ਪਰਫੈਕਟ ਵੋਕਲਸ ਨੇ, ਮਤਲਬ ਇੰਨੀ ਸੋਹਣੀ ਵੋਕਲਸ ਬਹੁਤ ਟਾਈਮ ਬਾਅਦ ਸੁਣਨ ਨੂੰ ਮਿਲੀਆਂ, ਨਹੀਂ ਤਾਂ ਜ਼ਿਆਦਾਤਰ ਸਾਰੇ ਲੋ 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 ਹੀ ਗਾ ਰਹੇ ਨੇ। ਖੁੱਲ ਗਏ ਨੇ ਭਾਗ ਤੇਰੀ ਬੀਣੀ ਸੁਣੀ ਦੇ, ਕਿੰਨਾ ਕੁ ਪਿਆਰ ਤੇਰਾ ਸੱਚਾਇਓ ਦੇ ਨਾਲ, ਦੱਸਦੇ ਨੇ ਦਾਗ ਮੈਲੀ ਚਿੱਟੀ ਚੁੰਨੀ ਦੇ। ओके, म्यूजिक बाय देसी ट्रैप म्यूजिक, नाइस म्यूजिक है यार। मतलब थोड़ा फोक टच भी दिता गया, थोड़ा जा विच ट्रैप भी मिक्स होया पे, नाइस। अपने नाम ते खरा उतर रहा भाई। ग्यारह दे गले च बाह पौण वाली है, की मिल गया मैनू दिल चों बसार के, रम दियां पीतियां मैं दो बोतलां, ਸੱਜ ਕੇ ਗਈ ਸੀ ਤੂੰ ਤਾਂ ਪੱਪ ਕਰਕੇ, ਖਿਲਰ ਗਏ ਵਾਲ ਕਿਵੇਂ ਗੁੱਤ ਗੁੰਦੀ ਦੇ, ਕਿੰਨਾ ਕੁ ਪਿਆਰ ਤੇਰਾ ਸੱਚਾਇਓ ਦੇ ਨਾਲ, ਦੱਸਦੇ ਨੇ ਦਾਗ ਮੇਰੀ ਚਿੱਟੀ ਚੁੰਨੀ ਦੇ, ਕਿੰਨਾ ਕੁ ਪਿਆਰ ਤੇਰਾ ਸੱਚਾਇਓ ਦੇ ਨਾਲ, ਦੱਸਦੇ ਨੇ ਦਾਗ ਮੇਰੀ ਚਿੱਟੀ ਚੁੰਨੀ ਦੇ, ਕਿੰਨਾ ਕੁ ਪਿਆਰ ਤੇਰਾ ਸੱਚਾਇਓ ਦੇ ਨਾਲ, ਦੱਸਦੇ ਨੇ ਦਾਗ ਮੇਰੀ ਚਿੱਟੀ ਚੁੰਨੀ ਦੇ। ਸਕਰੈਚਿਸ ਪਿੱਛੇ ਸੀਗੇ, ਥੋੜ੍ਹੇ ਜਿਹੇ ਹੋਰ ਕਲੀਅਰ ਹੋ ਸਕਦੇ ਸਕਰੈਚਿਸ, ਮੈਨੂੰ ਇੱਦਾਂ ਲੱਗੇ ਜਿਵੇਂ ਢੋਲਕੀ ਨੂੰ ਅਤੇ ਸਕਰੈਚ ਨੂੰ ਇਕੱਠਾ ਕੀਤਾ ਗਿਆ ਹੈ, ਤਾਂ ਇੰਨਾ ਡਿਫਰੈਂਸ਼ੀਏਟ ਨਹੀਂ ਹੋਇਆ, ਬਟ ਪਿੱਛੇ ਸਕਰੈਚਿਸ ਸੋਹਣੇ ਸੀ। ਕਰਦੀਆਂ ਐਕਟ ਜੇ ਚੰਗੀ ਹੋਣ ਦੇ, ਆਉਂਦੀਆਂ ਸਮਝ ਮੈਨੂੰ ਗੱਲਾਂ ਸਾਰੀਆਂ, ਕਰਦੀਆਂ ਐਕਟ ਜੇ ਚੰਗੀ ਹੋਣ ਦੇ, ਆਉਂਦੀਆਂ ਸਮਝ ਮੈਨੂੰ ਗੱਲਾਂ ਸਾਰੀਆਂ, ਕਰ ਗਏ ਹਕੀਮ ਹੱਥ ਖੜੇ ਗੋਰੀਏ, ਸੋਹਣੀਆਂ ਗੱਲਾਂ ਗੱਲਾਂ ਇਨ ਦਾ ਸੈਂਸ ਕਿ ਹੁਣ ਕਈ ਲੋਕ ਸੁਣ ਕਰਦੇ ਹੋਣਗੇ ਨਾ ਕਿ ਮਤਲਬ ਕਿ ਯਾਰ ਅੱਜ ਕੱਲ੍ਹ ਸਿੰਗਰਸ ਬੜੇ ਬੋਲਡ ਹੋ ਗਏ। ਬੋਲਡ ਇਨ ਦਾ ਸੈਂਸ ਜਦੋਂ ਤੱਕ ਅਸੀਂ ਬੋਲਡ ਗੱਲਾਂ ਬੋਲਾਂਗੇ ਨਾ, ਉਦੋਂ ਤੱਕ ਜਿਹੜੇ ਲੋਕ ਇਹੋ ਜਿਹੀ ਹਰਕਤਾਂ ਕਰਦੇ ਨੇ ਉਹਨਾਂ ਨੂੰ ਸ਼ਰਮ ਨਹੀਂ ਆਊਗੀ, ਕਿਉਂਕਿ ਲੋਕਾਂ ਨੂੰ ਇਹ ਲੱਗ ਰਿਹਾ ਸੀ ਥੋੜ੍ਹਾ ਬਹੁਤ ਬੇਇੱਜ਼ਤੀ ਹੋ ਰਹੀ ਹੈ, ਕੋਈ ਗੱਲ ਨਹੀਂ, ਠੀਕ ਹੈ।
ਪਰ ਜਦੋਂ ਤੱਕ ਸੱਚਾਈ ਜੋ ਹੈਗੀ ਹੈ, ਜਿਵੇਂ ਜਾਨੀ ਬਾਈ ਨੇ ਸਭ ਤੋਂ ਪਹਿਲਾਂ ਸੱਚਾਈ ਲੈ ਕੇ ਆਈ ਸੀ ਅੱਗੇ, ਠੀਕ ਹੈ ਕਿ ਹੱਥ ਚੁੰਮੇ ਤੇਰੇ ਜਾਂ ਮੱਥਾ ਚੁੰਮਿਆ ਪਹਿਲਾਂ, ਹੈ ਨਾ। ਬੜਾ ਵਿਵਾਦ ਵੀ ਹੋਇਆ ਸੀਗਾ ਕਿ ਤਾਂ ਸਿੱਧਾ ਹੀ ਗਾਣਾ ਗਾਤਾ ਤੁਸੀਂ, ਪਰ ਗੱਲ ਇਹ ਹੈ ਕਿ ਕਰਨ ਵਾਲਿਆਂ ਨੂੰ ਸ਼ਰਮ ਨਹੀਂ, ਗਾਉਣ ਵਾਲੇ ਨੂੰ ਇੰਨਾ ਆਪਾਂ ਬੋਲ ਕਿਉਂ ਰਹੇ ਹਾਂ, ਜਿਹੜਾ ਕਰ ਰਿਹਾ ਉਹਨਾਂ ਨੂੰ ਰੋਕਿਆ ਜਾਵੇ ਨਾ, ਠੀਕ ਆ। ਫਿਰ ਲੋਕ ਕਹਿ ਦਿੰਦੇ ਕਿ ਬਈ ਪਰਸਨਲ ਲਾਈਫ ਆ, ਫਿਰ ਗਾਉਣ ਵਾਲੇ ਦੀ ਵੀ ਪਰਸਨਲ ਲਾਈਫ ਆ, ਆਪਣੀ ਮਰਜ਼ੀ ਨਾਲ ਜੋ ਮਰਜ਼ੀ ਗਾ ਸਕਦਾ ਕਰ ਸਕਦਾ, ਹੈ ਨਾ। ਸੋ ਬਸ ਇੰਨੀ ਕੀ ਗੱਲ ਹੁੰਦੀ ਹੈ ਯਾਰ, ਮਿਊਜ਼ਿਕ ਸੋਹਣਾ, ਬਹੁਤ ਸੋਹਣੇ ਐਲੀਮੈਂਟਸ, ਹਾਰਮੋਨੀਅਮ ਵਜਾਇਆ ਗਿਆ ਵਿੱਚ, ਹੈ ਨਾ। ਉਸ ਤੋਂ ਬਾਅਦ ਮੈਨੂੰ ਸ਼ਾਇਦ ਵਾਇਲਿਨ ਜਾਂ ਫਿਰ ਕੁਛ ਸਰੰਗੀ ਟਾਈਪ ਹਲਕੀ ਜਿਹੀ ਫੀਲ ਆਈ ਸੀਗੀ ਵਿੱਚ, ਅਤੇ ਉਹ ਪ੍ਰੋਸੈਸਡ ਸਰੰਗੀ ਟਾਈਪ ਕਹਿ ਸਕਦੇ ਹਾਂ ਆਪਾਂ ਥੋੜ੍ਹੀ। ਅਤੇ ਉਸ ਤੋਂ ਇਲਾਵਾ ਮੈਂ ਕੁਝ ਜ਼ਿਆਦਾ ਮੇਰਾ ਧਿਆਨ ਐਕਚੁਅਲੀ ਲਿਰਿਕਸ ਵਿੱਚ ਸੀਗਾ, ਕਿਉਂਕਿ ਲਿਰਿਕਸ ਬੰਬ ਲੱਗੇ ਮੈਨੂੰ ਗਾਣੇ ਦੇ। ਬਾਈ ਨੇ ਖਰੀਆਂ ਖਰੀਆਂ ਗੱਲਾਂ ਸੁਣਾਈਆਂ ਨੇ, ਠੋਕੀਆਂ ਨੇ ਸਿੱਧਾ ਗੱਲਾਂ ਐਕਚੁਅਲੀ ਕਹਿ ਸਕਦੇ ਜਿਹਨੂੰ, ਅਤੇ ਨਾ ਹੀ ਸਭਾਈ ਹੈਰੀ ਬੜਾ 'ਚ ਲਿਰਿਕਸ ਬਾਈ ਦੇ ਆਪਣੇ ਹੀ ਨੇ ਸਾਰੇ। ਦੇਖੀ ਇੱਕ ਮਿੰਟ, ਨਹੀਂ, ਓਕੇ ਲਿਰਿਕਸ ਨਹੀਂ, ਕੋਈ ਕੋਈ ਗਾਣਾ 'ਚ ਬਾਵਾ ਧਨੌਲਾ ਅਤੇ ਹੈਰੀ ਬੜਾ 'ਚ ਦੋਵਾਂ ਨੇ ਮਿਲ ਕੇ ਲਿਰਿਕਸ ਲਿਖੇ ਨੇ ਐਲਬਮ ਦੇ, ਅਤੇ ਉੱਦਾਂ ਹੀ ਆ। ਬਾਕੀ ਮਿਊਜ਼ਿਕ ਵਗੈਰਾ ਸਾਰਾ ਦੇਸੀ ਟ੍ਰੈਪ ਬਾਈ ਦਾ, ਅਤੇ ਵੀਡੀਓ ਹੈਰੀ ਸੈਨੀ, ਹੈ ਨਾ। ਨਾਈਸ ਟ੍ਰੈਕ, ਵਧੀਆ ਕੰਮ ਕਰਿਆ ਹੋਇਆ, ਅਤੇ ਹੋਰ ਗਾਣੇ ਦੀ ਬੀਟ ਰਹੂਗੀ ਬਾਈ ਤੋਂ, ਠੀਕ ਹੈ। ਅਤੇ ਬਾਕੀ ਐਲਬਮ ਵੀ ਮੈਂ ਜ਼ਰੂਰ ਰੈਕਮੈਂਡ ਕਰੂੰਗਾ, ਸਾਰੇ ਸੁਣੋ, ਠੀਕ ਆ। ਜਿਹੜਾ ਆਪਣਾ ਗਾਣਾ ਨਾ ਜੁੱਤੀ ਕਸੂਰੀ, ਬਹੁਤ ਸੋਹਣਾ ਗਾਣਾ, ਉਹ ਵੀ ਜ਼ਰੂਰ ਸੁਣਿਓ, ਠੀਕ ਹੈ। ਸਤਿ ਸ਼੍ਰੀ ਅਕਾਲ।